ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡੇ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਇਨ ਆ ਜਿਹੜੇ ਸੂਟ ਸ਼ੇਅਰ ਕਰ ਰਹੇ ਹਾਂ। ਸੋ ਇਹ ਜਿਵੇਂ ਰਾਖੀ ਸਪੈਸ਼ਲ ਆਪਾਂ ਸੂਟਸ ਰੈਡੀ ਕੀਤੇ ਆ ਜੀ, ਸੋ ਤੁਸੀਂ ਇਹਨੂੰ ਲੈ ਸਕਦੇ ਹੋ। ਇਹ ਆਪਾਂ ਵਿਦਾਊਟ ਦੁਪੱਟਾ ਤੁਹਾਨੂੰ ਸ਼ੋਅ ਕਰਾਂਗੇ, ਜਿਵੇਂ ਵੀ ਹੈ ਤੁਹਾਨੂੰ ਜਿਹੜਾ ਤੁਸੀਂ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ। ਔਰ ਵਿਦ ਦੁਪੱਟਾ, ਇਹ ਵਿਦਾਊਟ ਦੁਪੱਟਾ ਸੂਟ ਹੈ ਆਪਣੇ ਸਾਰੇ। ਨਾਲ ਦੀ ਨਾਲ ਆਪਾਂ ਪ੍ਰਾਈਜ਼ ਮੈਨਸ਼ਨ ਕਰਾਂਗੇ, ਸੋ ਤੁਸੀਂ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਓ, ਕਿਉਂਕਿ ਜਿਹੜਾ ਪ੍ਰਾਈਜ਼ ਹੈਗਾ ਤੁਸੀਂ ਵਾਰ ਵਾਰ ਜਿਵੇਂ ਪ੍ਰਾਈਜ਼ ਬਾਅਦ ਦੇ ਵਿੱਚ ਪੁੱਛੋਗੇ, ਸੋ ਤੁਸੀਂ ਪ੍ਰਾਈਜ਼ ਜਿਹੜਾ ਦੇਖ ਕੇ ਤੁਸੀਂ ਆਪਣਾ ਸੂਟ ਆ ਜਿਹੜਾ ਹੋਲਡ ਕਰਵਾ ਸਕਦੇ ਹੋ। ਕਿਉਂਕਿ ਅਗਰ ਤੁਸੀਂ ਥੋੜ੍ਹਾ ਪੇਮੈਂਟ ਦੇ ਵਿੱਚ ਟਾਈਮ ਲੱਗਦਾ ਤਾਂ ਇਹ ਸੂਟ ਆ ਜਿਹੜਾ ਅਸੀਂ ਕਿਸੇ ਹੋਰ ਨੂੰ ਸੇਲ ਕਰ ਦਾਂਗੇ। ਸੋ ਇਹੀ ਆਪਣੀ ਰਿਕੁਐਸਟ ਹੈ ਜੀ ਕਿ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰਾਈਜ਼ ਦੱਸਣ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਤੁਸੀਂ ਨਾਲ ਦੀ ਨਾਲ ਇਹਨੂੰ ਹੋਲਡ ਕਰਵਾ ਸਕੋ। ਕਿਉਂਕਿ ਅਗਰ ਤੁਸੀਂ ਹੋਲਡ ਕਰਵਾ ਦਿੰਦੇ ਹੋ, ਪੇਮੈਂਟ ਨਹੀਂ ਕਰਦੇ, ਤਾਂ ਬਹੁਤ ਸਾਰੇ ਜਿਹੜੇ ਆਪਣੇ ਕਸਟਮਰ ਹੈਗੇ ਆ ਉਹ ਆਪਣੇ ਤੋਂ ਇਹਦੇ ਬਾਰੇ ਪੁੱਛਦੇ ਆ, ਔਰ ਆਪਾਂ ਕਹਿ ਦਿੰਦੇ ਹਾਂ ਕਿ ਸੂਟ ਹੋਏ ਹੋਲਡ ਸੇਲ ਹੋ ਗਿਆ, ਸੋ ਬਾਅਦ ਦੇ ਵਿੱਚ ਤੁਹਾਡਾ ਮੂਡ ਚੇਂਜ ਹੋ ਜਾਂਦਾ। ਸੋ ਪਲੀਜ਼ ਅਸੀਂ ਹੋਲਡ ਹੀ ਉਹਨਾਂ ਦਾ ਕਰਾਂਗੇ ਜਿਨ੍ਹਾਂ ਨੇ ਸੂਟ ਜਿਹੜਾ ਪੇਮੈਂਟ ਕਰਤੀ ਹੋਊਗੀ। ਸੋ ਇਹ ਜਿਵੇਂ ਬਰਾਊਨ ਸ਼ੇਡ ਹੈ ਜੀ, ਮਾਊਸ ਬਰਾਊਨ ਸ਼ੇਡ ਤੁਸੀਂ ਕਹਿ ਸਕਦੇ ਹੋ ਉਹਨੂੰ, ਬਰਾਊਨ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ। ਔਰ ਇਹਦੇ ਉੱਪਰ ਆਪਾਂ ਬਾਦਲਾ ਵਰਕ ਕੀਤਾ ਹੋਇਆ, ਸੋ ਇਹ ਦੇਖੋ। ਔਰ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਅਸੀਂ ਗ੍ਰੀਨ ਕਲਰ ਮੈਨਸ਼ਨ ਕੀਤਾ ਹੈਗਾ। ਇਹ ਆਪਣੇ ਕੋਲ ਆਲਰੇਡੀ ਰੈਡੀ ਸੂਟ ਹੈ, ਇਹਦੇ ਨਾਲ ਤੁਸੀਂ ਜਿਵੇਂ ਕੰਟਰਾਸਟ ਆਪਾਂ ਬੋਟਲ ਗ੍ਰੀਨ ਦੁਪੱਟਾ ਵੀ ਕਰ ਸਕਦੇ ਹਾਂ, ਅਗਰ ਤੁਸੀਂ ਨਾਲ ਦਾ ਦੁਪੱਟਾ ਕਰਨਾ ਤਾਂ ਆਪਾਂ ਕੰਟਰਾਸਟ ਲੇਸਿਸ ਲਾ ਸਕਦੇ ਹਾਂ। ਜੇ ਤੁਸੀਂ ਓਨਲੀ ਸੂਟ ਲੈਣਾ ਹੈਗਾ ਤਾਂ ਇਹਦਾ ਪ੍ਰਾਈਜ਼ ਹੈਗਾ ਜੀ 4800 ਦਾ ਇਹ ਸੂਟ ਹੈ। ਸੋ ਤੁਸੀਂ ਇਹਨਾਂ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਲੈਸ ਕੀਤਾ ਹੋਇਆ, ਤੁਸੀਂ ਐਜ਼ ਇਟ ਇਜ਼ ਪਿੱਕ ਕਰ ਸਕਦੇ ਹੋ। ਕਿਉਂਕਿ ਜਿਵੇਂ ਕਿ ਬਹੁਤ ਸਾਰੇ ਮੈਨੂੰ ਮੈਸੇਜਸ ਆ ਰਹੇ ਆ ਕਿ ਤੁਸੀਂ ਪਲੀਜ਼ ਰਾਖੀ 'ਤੇ ਕੋਈ ਨਾ ਕੋਈ ਸੇਲ ਜ਼ਰੂਰ ਲਾਓ, ਸੋ ਆਪਾਂ ਉਸ ਦੇ ਅਕੋਰਡਿੰਗ, ਫੰਕਸ਼ਨ ਦੇ ਅਕੋਰਡਿੰਗ ਹੈ ਜਿਹੜਾ ਆਪਾਂ ਥੋੜ੍ਹਾ ਠੀਕ ਜਿਹੇ ਸੂਟਸ ਤੁਹਾਨੂੰ ਦਿਖਾ ਰਹੇ ਹਾਂ ਜੋ ਆਪਣੇ ਕੋਲ ਰੈਡੀ ਪਏ ਹੈਗੇ ਆ। ਸੋ ਇਹਨਾਂ ਵਿੱਚ ਆਪਾਂ ਥੋੜ੍ਹਾ ਜਿਹਾ ਲੈਸ ਵੀ ਕੀਤਾ ਹੋਇਆ, ਤੁਸੀਂ ਇਹਦਾ ਜਿਹੜਾ ਲੈ ਸਕਦੇ ਹੋ। ਕਿਉਂਕਿ ਇਹ ਜਿਹੜਾ ਫ੍ਰੀ ਆਫ ਲੈਂਥ ਹੈ ਜੀ, ਉੱਪਰ ਤੱਕ ਇਹਦੇ ਸਾਰੇ ਦੇ ਵਿੱਚ ਜਿਹੜਾ ਬਾਦਲਾ ਵਰਕ ਕੀਤਾ ਹੋਇਆ। ਸੋ ਇਹ ਦੇਖੋ ਬਹੁਤ ਹੀ ਪਿਆਰਾ ਸੂਟ ਹੈ, ਜਾਰਜਾ ਸਟੱਫ ਹੈ ਜੀ ਇਹ 4800 ਦਾ। ਔਰ ਜਿਵੇਂ ਕਿ ਆਪਣੇ ਕੋਲ ਇਹ ਸੂਟ ਆ ਜਿਹੜੇ ਆਪਣੇ ਕੋਲ ਬਣ ਨਹੀਂ ਰਹੇ ਸੀ, ਜਿੰਨਾ ਆਪਾਂ ਨੂੰ ਇਹਦੀ ਇਨਕੁਆਇਰੀਜ਼ ਆ ਰਹੀਆਂ ਸੀ ਕਿ ਇਹਨਾਂ ਨੂੰ ਸੂਟ ਚਾਹੀਦੇ ਆ, ਸੋ ਆਪਾਂ ਦੋ ਸੂਟਸ 'ਤੇ ਹੋਰ ਰੈਡੀ ਕੀਤਾ ਹੈਗਾ। ਇਹ ਜਿਵੇਂ ਬੀਜ ਸ਼ੇਡ ਹੈਗਾ ਲਾਈਟ, ਜਿਵੇਂ ਪੀਚੀ ਜਿਹਾ ਸ਼ੇਡ ਆ ਸਕਿਨ ਟਾਈਪ 'ਚ, ਸੋ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇਹਦੇ 'ਤੇ ਆਪਾਂ ਵਰਕ ਕੀਤਾ ਹੋਇਆ। ਬਾਜੂ 'ਤੇ ਵੀ ਹੈਵੀ ਵਰਕ ਹੈ, ਸੋ ਇਹ ਤੁਸੀਂ ਲੈ ਸਕਦੇ ਹੋ ਓਨਲੀ 5000 ਦੇ ਵਿੱਚ। ਇਹ ਓਨਲੀ ਸੂਟ ਹੈਗਾ ਜੀ, ਇਹਦੇ ਵਿੱਚ ਇਹ ਕਲਰ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਤੁਸੀਂ ਮਲਟੀ ਸ਼ੇਡਡ ਦੁਪੱਟਾ ਵੀ ਕਰ ਸਕਦੇ ਹੋ, ਇੰਸਟਾ 'ਤੇ ਆਪਣੇ ਵੀਅਰ ਕੀਤਾ ਹੋਇਆ ਸੂਟ ਹੈ ਇਹ। ਔਰ ਇਹਦੇ ਨਾਲ ਮਲਟੀ ਸ਼ੇਡਡ ਦੁਪੱਟਾ ਕਰਕੇ ਬਹੁਤ ਹੀ ਪਿਆਰਾ ਬਣ ਜਾਏਗਾ। ਅਗਰ ਇਹਦੇ ਦੁਪੱਟੇ 'ਤੇ ਵਰਕ ਕਰਨਾ ਜਿਸ ਤਰ੍ਹਾਂ ਰੀਲਸ ਦੇ ਵਿੱਚ ਹੈ, ਪਲਾਜ਼ੋ 'ਤੇ ਵਰਕ ਕਰਨਾ, ਤਾਂ ਇਹਦੀ ਜਿਹੜੀ ਪ੍ਰਾਈਜ਼ ਹੈ ਡਿਫਰੈਂਟ ਹੋ ਜੂਗੀ। ਸੋ ਸੇਮ ਹੈ ਜਿਹੜਾ ਜੀ 5000 ਦਾ ਕਰੀਮ ਸੂਟ ਹੈ, ਸੋ ਇਹ ਵੀ ਤੁਸੀਂ ਲੈ ਸਕਦੇ ਹੋ। ਸਾਰੇ ਦੇ ਵਿੱਚ ਵਰਕ ਨਾਲ ਜਿਹੜੀਆਂ ਲਾਈਨਸ ਕੀਤੀਆਂ ਹੋਈਆਂ ਜੀ, ਸਿੰਗਲ ਲਾਈਨਸ ਮਾਰੀਆਂ ਹੋਈਆਂ, ਸੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਔਰ ਨੈਕਸਟ ਹੈਗਾ ਜੀ ਲਾਈਟ ਫਰੋਜ਼ੀ ਸ਼ੇਡ ਹੈ, ਇਹ ਵੀ ਬਹੁਤ ਹੀ ਪਿਆਰਾ ਸੂਟ ਹੈ। ਇਹ ਦੇਖੋ ਸਿੰਗਲ ਟਾਂਕੇ ਦਾ ਇਹ ਕੰਮ ਕੀਤਾ ਹੋਇਆ, ਸਾਰੇ ਦੇ ਵਿੱਚ ਬੂਟੀ ਆ, ਸਾਈਜ਼ 'ਤੇ ਵੀ ਇਹਦੇ ਵਰਕ ਹੋਇਆ ਹੋਇਆ। ਔਰ ਇਹਦਾ ਆਲਰੇਡੀ ਗਲਾ ਵੀ ਕਾਫੀ ਹੈਵੀ ਹੈ ਜੀ, ਇਹ ਦੇਖੋ। ਸੋ
ਇਹਦੀ ਲੈਂਥ ਹੈ ਜੀ 44-43 ਦੇ ਅਕੋਰਡਿੰਗ ਹੈ। ਸੋ ਤੁਸੀਂ ਇਹ ਸੂਟ ਵੀ ਪਿੱਕ ਕਰ ਸਕਦੇ ਹੋ, ਇਹ ਵੀ 5000 ਦਾ ਓਨਲੀ ਸੂਟ ਹੈ ਜੀ ਵਿਦਾਊਟ ਦੁਪੱਟਾ। ਸੋ ਪਲੀਜ਼ ਤੁਸੀਂ, ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਵੀਡੀਓ ਜਿਹੜੀ ਧਿਆਨ ਨਾਲ ਦੇਖਿਓ, ਕਿਉਂਕਿ ਜਿਵੇਂ ਮੇਰੇ ਕੋਲ ਇਹ ਪ੍ਰਾਈਜ਼ ਨੋਟ ਹੈਗੇ ਆ, ਜੋ ਤੁਸੀਂ ਵਾਰ ਵਾਰ ਪੁੱਛਦੇ ਹੋ ਤਾਂ ਉਹ ਥੋੜ੍ਹਾ ਜਿਹਾ ਵਾਰ ਵਾਰ ਚੈੱਕ ਕਰਕੇ ਸਾਨੂੰ ਦੱਸਣਾ ਪੈਂਦਾ। ਸੋ ਇਹ ਹੈਗਾ ਜੀ ਕਰੇਪ ਦੇ ਵਿੱਚ। ਸੋ ਜਿਵੇਂ ਕਿ ਫੰਕਸ਼ਨ ਸੀਜ਼ਨ ਆ ਜਿਹੜੇ ਸਟਾਰਟ ਹੋ ਚੁੱਕੇ ਆ, ਸੋ ਇਹ ਮੈਰੂਨ ਕਰੇਪ ਦੇ ਵਿੱਚ ਹੈ, ਆਰੀ ਦਾ ਵਰਕ ਕੀਤਾ ਹੋਇਆ, ਵਿੱਚ ਅਸੀਂ ਜਿਵੇਂ ਬਾਦਲਾ ਵਰਕ ਦਿੱਤਾ ਹੋਇਆ। ਸੋ ਇਹ ਵੀ ਬਹੁਤ ਹੀ ਪਿਆਰਾ ਕੰਸੈਪਟ ਹੈ ਜੀ। ਇਹ ਹੈਗਾ ਜੀ 4500 ਦਾ। ਸੋ ਬਹੁਤ ਹੀ ਤੁਸੀਂ ਲੈ ਸਕਦੇ ਹੋ ਇਹਦੇ 'ਤੇ ਬੈਕ 'ਤੇ ਵੀ ਵਰਕ ਹੈ ਜੀ, ਔਰ ਬਾਜੂ 'ਤੇ ਤਾਂ ਆਲਰੇਡੀ ਬਾਰਡਰ ਬਣਿਆ ਹੋਇਆ। ਸੋ ਇਹ ਸੂਟ ਵੀ ਆਪਣੇ ਕੋਲ ਰੈਡੀ ਹੈਗਾ। ਇਹਦੇ ਨਾਲ ਦਾ ਜਿਵੇਂ ਪਰਪਲ ਸ਼ੇਡ ਹੈ, ਇਹ ਵੀ ਬਹੁਤ ਪਿਆਰਾ ਸੂਟ ਹੈ। ਇਹ ਦੇਖੋ ਜੀ, ਇਹਦੇ ਵੀ ਵਿੱਚ ਜਿਹੜਾ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ। ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ। ਇਹ ਵੀ ਤੁਸੀਂ ਸੇਮ ਪ੍ਰਾਈਸ ਦੇ ਵਿੱਚ 4500 ਦੇ ਵਿੱਚ ਜਿਹੜਾ ਲੈ ਸਕਦੇ ਹੋ। ਔਰ ਇਹ ਵੀ ਜੋਰਜਟ ਦੇ ਵਿੱਚ ਹੈ ਜੀ, ਔਰ ਇਹਦੇ ਵਿੱਚ ਇਸ ਤਰ੍ਹਾਂ ਲਾਈਨਸ ਹੈਗੀਆਂ, ਪੀਟਾ ਵਰਕ ਹੈ, ਬਾਦਲਾ ਵਰਕ ਹੈ। ਸੋ ਇਹ ਪੀਟਾ ਵਰਕ ਨਾਲ ਵੀ ਲਾਈਨਸ ਕੀਤੀਆਂ ਹੋਈਆਂ, ਔਰ ਇਹਦਾ ਜਿਹੜਾ ਗਲਾ ਹੈਗਾ ਹੈਵੀ ਹੈ ਕਾਫੀ। ਸੋ ਇਹਦੇ ਵਿੱਚ ਹੈ ਜਿਹੜਾ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਐਮਬਰਾਇਡਰੀ ਕੀਤੀ ਹੋਈ ਹੈ, ਇਹ ਦੇਖੋ ਬਾਦਲਾ ਦੀ ਹੈ, ਕਲਰ ਵੀ ਲਗਾਇਆ ਹੋਇਆ। ਸੋ ਇਹਦੇ ਵਿੱਚ ਘੇਰੇ ਦੀ ਕੋਈ ਪ੍ਰੋਬਲਮ ਨਹੀਂ, ਲੈਂਥ ਦੀ ਕੋਈ ਪ੍ਰੋਬਲਮ ਨਹੀਂ, ਜੇ ਤੁਸੀਂ ਜਿੰਨੀ ਵੀ ਲੈਂਥ ਘੇਰਾ ਆਪਣੇ ਅਕੋਰਡਿੰਗ ਬਣਾ ਸਕਦੇ ਹੋ। ਸੇਮ ਜਿਹੜਾ ਕਲਰ ਤੁਹਾਨੂੰ ਸ਼ੋ ਹੋ ਰਿਹਾ, ਸੇਮ ਹੈ ਜਿਹੜਾ ਇਹਦਾ ਸੂਟ ਦਾ ਕਲਰ ਹੈਗਾ। ਸੋ ਇਹ ਹੈਗਾ ਜੀ 3800 ਦਾ। ਸੋ ਇਹ ਹੈਗਾ ਜੀ ਮੈਂਗੋ ਸ਼ੇਡ। ਇਹ ਆਪਣੇ ਕੋਲ ਕਾਫੀ ਇਹਦੇ ਮੈਸੇਜਸ ਆਏ ਸੀ, ਸੋ ਇਹ ਸੂਟ ਰੈਡੀ ਹੈ ਜਾਂ ਨਹੀਂ ਹੈ। ਸੋ ਉਸ ਟਾਈਮ ਇਹ ਸੂਟ ਆਪਣੇ ਕੋਲ ਰੈਡੀ ਨਹੀਂ ਸੀਗਾ ਜੀ। ਸੋ ਆਪਾਂ ਇਹਦੇ ਤੁਹਾਨੂੰ ਇਸ ਤਰ੍ਹਾਂ ਸਿੰਗਲ ਫਲਾਰ ਪੈਂਦਾ ਹੈਗਾ ਵਿੱਚ, ਉੱਪਰ ਤੁਸੀਂ ਗਲੇ 'ਤੇ ਡਿਜ਼ਾਇਨਿੰਗ ਕਰਵਾ ਸਕਦੇ ਹੋ, ਬਹੁਤ ਹੀ ਪਿਆਰਾ ਰੋਜ਼ ਦਿੱਤਾ ਹੋਇਆ। ਔਰ ਇਹਦਾ ਦੁਪੱਟਾ ਜਿਹੜਾ ਕਾਫੀ ਹੈਵੀ ਹੈ, ਬਾਜੂ ਕਾਫੀ ਹੈਵੀ ਹੈ ਜੀ ਇਹਦੇ। ਇਹ ਵੀ ਆਪਣੇ ਕੋਲ ਰੈਡੀ ਹੈ, ਜੇ ਕਿਸੇ ਨੇ ਇਹ ਵੀ ਸੂਟ ਬਾਏ ਕਰਨਾ ਤਾਂ ਤੁਸੀਂ ਇਹ ਜਿਹੜਾ ਕਰ ਸਕਦੇ ਹੋ। ਸਾਰੇ 4 ਸਾਈਡ ਜਿਹੜਾ ਜਿਹੜਾ ਕੱਟਵਰਕ ਹੈ, ਹੈਵੀ ਕੱਟਵਰਕ ਆ, ਵਿੱਚ ਜਿਹੜੇ ਫਲਾਰ ਹੈਗੇ ਆ, ਵਿੱਚ ਬੂਟੀ ਹੈਗੀ ਆ। ਸੋ ਇਹ ਕਾਫੀ ਸੂਟ ਹੈ ਜਿਹੜਾ ਹੈਵੀ ਹੋ ਜਾਂਦਾ, ਤੁਸੀਂ ਇਹ ਵੀ ਆਲਰੇਡੀ ਹੈ ਜਿਹੜਾ ਪਿੱਕ ਕਰ ਸਕਦੇ ਹੋ। ਘੇਰੇ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ, 23-24 ਘੇਰੇ ਦੇ ਵਿੱਚ ਜਿਹੜਾ ਤੁਸੀਂ ਇਹ ਸੂਟ ਲੈ ਸਕਦੇ ਹੋ। ਬਾਕੀ ਜੇ ਇਹ ਸੂਟਾਂ ਦੇ ਤੁਸੀਂ ਫੁੱਲ ਪਿਕਚਰਸ ਦੇਖਣੀਆਂ ਹੈਗੀਆਂ ਤਾਂ ਆਪਣਾ ਜਿਹੜਾ ਇੰਸਟਾ ਦਾ ਯੂਨੀਕ ਕ੍ਰੀਏਸ਼ਨ ਬੁਟੀਕ ਦੇ ਨਾਮ 'ਤੇ ਪੇਜ ਹੈ ਜੀ, ਉੱਥੇ ਜਾ ਕੇ ਤੁਸੀਂ ਆਪਣੇ ਇੰਸਟਾ ਦੇ ਸਾਰੇ ਸੂਟਸ ਆ ਜਿਹੜੇ ਪੂਰੇ ਪਿਕਚਰ ਇਹਨਾਂ ਦੀ ਦੇਖ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੇ ਨਵੇਂ ਨਵੇਂ ਕਲੈਕਸ਼ਨ ਲੈ ਕੇ ਆਉਂਦੇ ਰਹਾਂਗੇ। ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।